ਲਾਅ ਐਂਡ ਆਰਡਰ ਨੂੰ ਲੈ ਕੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜੀ ਔਰ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਬਹੁਤ ਸਾਰੀਆਂ ਗੱਲਾਂ ਕਰ ਰਹੇ ਆ। ਪਹਿਲੀ ਗੱਲ ਤਾਂ ਕੋਈ ਵੀ ਘਟਨਾ ਸਟੇਟ 'ਚ ਹੁੰਦੀ ਆ ਇਸ ਤਰ੍ਹਾਂ ਦੀ, ਉਹ ਬਹੁਤ ਮੰਦਭਾਗੀ ਆ, ਅਨਫੋਰਚੁਨੇਟ ਹੈ, ਔਰ ਕਦੀ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਜਿਹੜਾ ਆ ਉਹ ਸਪੋਰਟ ਨਹੀਂ ਕੀਤਾ ਜਾ ਸਕਦਾ। ਲੇਕਿਨ ਮੈਂ ਜਾਖੜ ਸਾਹਿਬ ਔਰ ਰਾਜਾ ਵੜਿੰਗ ਜੀ ਨੂੰ ਰਿਮਾਇੰਡ ਜ਼ਰੂਰ ਕਰਾਊਂਗਾ, ਘੱਟੋ ਘੱਟ ਭਗਵੰਤ ਮਾਨ ਜੀ ਦੀ ਸਰਕਾਰ ਗੈਂਗਸਟਰਾਂ ਨੂੰ, ਕ੍ਰਿਮੀਨਲਸ ਨੂੰ ਪੈਟਰੋਨੇਜ ਤਾਂ ਨਹੀਂ ਕਰ ਰਹੀ। ਤੁਹਾਡੇ ਟਾਈਮ 'ਤੇ ਚੁਣ ਚੁਣ ਕੇ ਨੌਜਵਾਨਾਂ ਨੂੰ ਪ੍ਰੋਤਸਾਹਨ ਦਿੱਤਾ ਜਾਂਦਾ ਸੀ, ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਕ੍ਰਾਈਮ ਕਰੋ, ਬਚਾਉਣ ਵਾਲੇ ਕਾਂਗਰਸੀ, ਅਕਾਲੀ, ਭਾਜਪਾ ਹੀ ਬੈਠੇ ਆ। ਭਗਵੰਤ ਮਾਨ ਜੀ ਦੀ ਸਰਕਾਰ 'ਚ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਇਮੀਡੀਏਟਲੀ ਜਿਹੜੇ ਆ ਜਿਹੜੇ ਕ੍ਰਿਮੀਨਲਸ ਹੈ ਜਾਂ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ, ਬਿਹਾਈਂਡ ਦਾ ਬਾਰ ਹੋ ਰਿਹਾ, ਖੁੱਲ੍ਹੇ ਨਹੀਂ ਘੁੰਮ ਰਹੇ। ਅਦਰਵਾਈਜ਼ ਆ ਸਾਡੇ ਗੁਆਂਢੀ ਸੂਬਾ ਹਰਿਆਣਾ ਆ, ਵੇਖ ਲਓ ਕਿੰਨੇ ਦਿਨ ਹੋ ਗਏ ਉੱਥੇ, 2-3 ਹਫ਼ਤੇ ਹੋਣ ਜਾ ਰਹੇ। ਜਾਖੜ ਸਾਹਿਬ, ਤੁਹਾਡੀ ਸਰਕਾਰ ਹੈ ਬੀਜੇਪੀ ਦੀ, ਹਜੇ ਤੱਕ ਜਿਹੜੇ ਆ ਉਹ ਕ੍ਰਿਮੀਨਲਸ ਫੜੇ ਨਹੀਂ ਗਏ, ਔਰ ਤੁਹਾਡਾ ਜਿਹੜਾ ਬੀਜੇਪੀ ਰੂਲਡ ਹਰਿਆਣਾ ਉਹ ਤਾਂ ਜਾਣੇ ਇਸ ਕਰ ਲਈ ਜਾਣਿਆ ਜਾਂਦਾ ਕਿ ਗੈਂਗਸਟਰ ਪੈਦਾ ਕਰਨ ਦੀ ਪਨੀਰੀ ਉਹ ਪੈਦਾ ਕਰ ਰਿਹਾ। ਸੋ ਇਸ ਕਰਕੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾਂ ਮਾਰੋ। ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਂਟੀ ਸੋਸ਼ਲ ਜਿਹੜੇ ਐਲੀਮੈਂਟਸ ਉਹਨਾਂ ਦੇ ਖਿਲਾਫ਼ ਕਾਰਵਾਈਆਂ ਕਰ ਰਹੀ ਹੈ, ਬਿਹਾਈਂਡ ਦਾ ਬਾਹਰ ਜਾ ਰਹੇ ਆ, ਫੜ ਕੇ ਅੰਦਰ ਕੀਤੇ ਜਾ ਰਹੇ ਆ, ਔਰ ਕੋਸ਼ਿਸ਼ ਹੈ ਸਾਡੀ ਕਿ ਜਿਹੜੇ ਕ੍ਰਿਮੀਨਲਸ ਤੁਸੀਂ ਪੈਦਾ ਕੀਤੇ ਸੀ ਅਕਾਲੀ, ਭਾਜਪਾ ਅਤੇ ਕਾਂਗਰਸ ਨੇ, ਉਹਨਾਂ ਦਾ ਸਫਾਇਆ ਜਿਹੜਾ ਹੈ ਪੰਜਾਬ 'ਚ ਹੋ ਜਾਵੇ।